ਸਾਡੀ ਜਿਹੜੀ ਮੰਜ਼ਿਲ ਹੈ ਜਿਹੜੀ 5 ਅਗਸਤ ਦੀ ਮੇਰੀ ਹੈ, ਇਸੀ ਹਾਸਲ ਕਰਨਾ ਬੜਾ ਮੁਸ਼ਕਿਲ ਆ। ਮੈਂ ਸੰਘਰਸ਼ 2006 ਚ ਸ਼ੁਰੂ ਕੀਤਾ। ਸਾਡੀ ਪਹਿਲੀ ਮੁਲਾਕਾਤ ਦਿੱਲੀ ਦੇ ਵਿੱਚ ਹੋਈ। ਇਨਜਸਟਿਸ ਜਿਹੜਾ ਪਿਛਲੇ 65 ਸਾਲ ਦਾ ਹੋਇਆ ਔਰ ਖੰਨਾ ਸਾਹਿਬ ਦੀ ਬਦੌਲਤ ਮੈਨੂੰ ਤਾਂ ਕੋਲ ਦਾ ਮੌਕਾ ਮਿਲਿਆ। ਔਰ ਜਦੋਂ ਮੈਂ ਉੱਥੇ ਬੋਲ ਰਿਹਾ ਸਾਡੇ ਸਾਹਮਣੇ ਵੀ ਐਲ ਕੇ ਰਵਾਨੀ ਬੈਠੇ ਰਹੇ, ਜਿਹੜਾ 5 ਅਗਸਤ ਵੀ ਆਇਆ। ਖੰਨਾ ਸਾਹਿਬ ਮੈਂ ਇੱਕ ਵਾਅਦਾ ਕਰਨਾ, ਅਸੀਂ ਇੱਕ ਕਸਮ ਖਾਧੀ ਨਹੀਂ ਕਿ ਜਿਹੜਾ ਸਾਡਾ ਭਲਾ ਕਰੇਗਾ ਅਸੀਂ ਉਹਦੇ ਹਾਂ। ਭਾਰਤੀ ਜਨਤਾ ਪਾਰਟੀ ਨੇ ਸਾਡਾ ਭਲਾ ਕੀਤਾ। ਮੈਂ ਵਾਅਦਾ ਕਰਨਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਕਦੇ ਭਾਰਤੀ ਜਨਤਾ ਪਾਰਟੀ ਨਹੀਂ ਭੁੱਲਣ। ਡੇਢ ਲੱਖ ਰੁਪਏ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨਾਮ ਕਰਦੇ ਹਾਂ।